ਦੀ ਸਰਦਾਰੀਆ ਸਟੇਜ ਤੇ ਬੈਠੀ ਸਮੁੱਚੀ ਲੀਡਰਸ਼ਿਪ ਔਰ ਆਲ ਇੰਡੀਆ ਸੈਕਟਰੀ ਪੰਜਾਬ ਦੇ ਇੰਚਾਰਜ ਸ਼੍ਰੀ ਹਰੀਸ਼ ਚੌਧਰੀ ਜੀ ਔਰ ਗੁਰਦਾਸਪੁਰ ਹਲਕੇ ਦੀ ਜਿੰਨਾ ਵੀ ਮੇਰਾ ਪਰਿਵਾਰ ਬੈਠਾ ਮੇਰੇ ਬਜ਼ੁਰਗ ਮਾਤਾਵਾਂ ਮੇਰੇ ਨੌਜਵਾਨ ਭਰਾ ਔਰ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਥੋੜ੍ਹਾ ਮੈਂ ਜ਼ਿਆਦਾ ਗੱਲ ਪੰਜਾਬ ਬਾਰੇ ਨਹੀਂ ਕਰਨੀ ਕਿਉਂਕਿ ਪੰਜਾਬ ਦੇ ਹਾਲਾਤਾਂ ਬਾਰੇ ਤੁਸੀਂ ਸਾਰੇ ਜਾਣੋ। ਸਰਦਾਰ ਜੀ ਹਰੀਸ਼ ਜੀ ਬੈਠੇ ਨੇ ਤੁਹਾਨੂੰ ਦੱਸਣਗੇ ਪੰਜਾਬ ਬਾਰੇ। ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਆਉਣਗੇ ਉਹ ਦੱਸਣਗੇ ਤੁਹਾਨੂੰ ਪੰਜਾਬ ਬਾਰੇ। ਮੈਂ ਗੱਲ ਕਰਨੀ ਆ ਜਿਹੜੀ ਸਾਡੇ ਘਰ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਅੱਗ ਲੱਗੀ ਹੈ ਕਿਉਂਕਿ 10 ਸਾਲ ਗੁਰਬਚਨ ਸਿੰਘ ਬੱਬਰ ਵਾਲੀ ਨੇ ਜਿਹੜੀ ਪਰਚਿਆਂ ਦੀ ਤੇ ਕਰਜ਼ਿਆਂ ਦੀ ਰਾਜਨੀਤੀ ਕੀਤੀ ਹੈ 1997 ਦੇ ਵਿੱਚ ਜਦੋਂ ਸਰਦਾਰ ਕਰਤਾਰ ਸਿੰਘ ਪਾਲਾ ਜੀ ਮੇਰੇ ਦਾਦਾ ਜੀ ਐਮਐਲਏ ਸਨ ਤੇ ਬੜੀ ਇਮਾਨਦਾਰੀ ਦੇ ਨਾਲ ਇਸ ਹਲਕੇ ਦੀ ਸੇਵਾ ਕੀਤੀ ਔਰ ਸਟੇਜ ਤੋਂ ਇੱਕ ਗੱਲ ਕਿਹਾ ਕਰਦੇ ਸਨ ਕਿ ਜੇ ਮੇਰਾ ਕੋਈ ਦੁਸ਼ਮਣੀ ਵਿੱਚ ਬੈਠਾ ਤੇ ਮੈਂ ਖੜੀ ਕਰਕੇ ਕਹਿੰਦੇ ਤੇ ਮੈਂ ਕਿਸੇ ਕੋਲ ਜਾ ਕੇ ਤਾਂ ਪੀਤਾ ਤੇ ਮੈਂ ਸਟੇਜ ਤੇ ਜਾ ਖਾ ਜਾਵਾਂ। ਯਾਦ ਰੱਖਿਓ ਮੈਂ ਵੀ ਸਰਦਾਰ ਕਰਤਾਰ ਸਿੰਘ ਪਾਲੇ ਦਾ ਪੁੱਤਰ ਹੈ ਤੇ 14-15 ਸਾਲ ਬੈਠੇ ਸਰਦਾਰ ਗੁਰਮੀਤ ਸਿੰਘ ਜੀ ਪਾਲਾ ਸਰਦਾਰ ਯੋਗ ਪਿਤਾ ਜੀ ਜਿਨ੍ਹਾਂ ਨੇ 14-15 ਸਾਲ ਸੇਵਾ ਕੀਤੀ ਹੈ ਅੱਜ ਇਹਨਾਂ ਦੀ ਕਮਾਈ ਹੈ ਜਿਹੜੀ ਮੇਰੀ ਚੋਰੀ ਵਿੱਚ ਪਾਈ ਹੈ ਇਹਨਾਂ ਨੇ। ਔਰ ਵਾਦਾ ਕਰਦਾ ਕਿ ਮੇਰਾ ਵੀ ਉਹੀ ਖੂਨ ਹੈ ਮੈਨੂੰ ਪੈਰ ਤੋਂ ਬਰੇਲ ਨਹੀਂ। ਜਿਸ ਦਿਨ ਤੁਹਾਡੇ ਚੋਂ ਕੋਈ ਵੀ ਬਾਹਰ ਖੜੀ ਕਰਕੇ ਗੱਲ ਕਹਿੰਦੇ ਕਿ ਸਾਡੇ ਨੁਮਾਇੰਦੇ ਨੇ ਸਾਡੇ ਬੱਚੇ ਨੇ ਕਿਸੇ ਕੋਲ ਚਾਹ ਦੇ ਕੱਪ ਦਾ ਵੀ ਮੰਗ ਕੀਤੀ ਹੈ ਤੇ ਜ਼ਿੰਦਗੀ ਬੜੀ ਛੋਟੀ ਗੱਲ ਹੈ ਸਿਆਸਤ ਬੜੀ ਛੋਟੀ ਗੱਲ ਹੈ। ਮੈਂ ਸਿਆਸਤ ਨਹੀਂ ਜ਼ਿੰਦਗੀ ਛੱਡ ਦਿਆਂਗਾ ਜਿਸ ਦਿਨ ਤੁਹਾਡੇ 'ਚ ਕੋਈ ਬਾਤ ਨਹੀਂ ਕਰਦੇਗਾ ਕਿਉਂਕਿ 10 ਸਾਲ ਜਿਹੜੀ ਜਿਹੜਾ ਸੰਕਾਰ ਸਾਡੇ ਸਮੁੱਚੇ ਹਲਕੇ ਨੇ ਪੁੱਜਿਆ ਉਹ ਕਿਸੇ ਨੂੰ ਲੁਕਿਆ ਨਹੀਂ। ਹਰ ਇੱਕ ਬਜ਼ੁਰਗ ਹਰ ਇੱਕ ਮਾਤਾ ਦੇ ਅੱਖਾਂ ਦੇ ਵਿੱਚ ਹੰਝੂ ਆਉਂਦੇ ਨੇ ਅੱਜ ਕਿਉਂਕਿ ਜਿਹੜਾ ਚੰਗਾ ਰਾਜ ਇਸ ਮੁਤਾਬਿਕ ਨੇ ਕੀਤਾ 9-10 ਬੱਚੇ ਸਾਡੇ ਤੇ ਸਾਡੇ ਸਾਰੇ ਪਰਿਵਾਰ ਤੇ ਕੀਤੇ ਆ ਸ਼ਹਿਰ ਦੇ ਵਿੱਚ ਛੱਪੜ ਦੇ ਉੱਤੇ ਕਬਜ਼ਾ ਕੀਤਾ ਪਲਾਟਾਂ ਦੇ ਉੱਤੇ ਕਬਜ਼ਾ ਕੀਤੇ ਔਰ ਕਰ ਲੈਂਦਾ ਮੰਨ ਲੈਂਦਾ ਸਾਡੇ ਕੋਲ ਪਲਾਟ ਤੇ ਛੱਪੜ ਸੀ ਦੇ ਦਿੰਦੇ
ਦੇ ਵਿੱਚ ਲੰਗਰ ਵਰਤਦਾ ਸੀ, 9 ਲੱਖ ਰੁਪਏ ਦੀ ਦਾਤ ਪ੍ਰਦਾਤ ਪ੍ਰਾਪਤ ਦੇ ਵਿੱਚ ਆਉਂਦੀ ਹੈ। ਉਹਦੇ ਵਿੱਚ ਇਹਦੇ ਕੱਚ ਜਿੰਨਾ ਲੰਗਰ ਲੱਗਿਆ, ਬਾਕੀ ਇਹਦੇ ਪੈਸੇ ਦੀ ਜੇਬ ਚ ਆਉਂਦੇ ਨੇ। ਇਹੋ ਜਿਹੀ ਰਾਜਨੀਤੀ ਕਰਦਾ ਇਹ ਜਿਹੜਾ ਮਾਹੌਲ ਇਹਨੇ ਬਣਾਇਆ। ਜੇ ਦੀ ਇਮਾਨਦਾਰੀ ਦੀ ਕਮਾਈ ਨਾ ਬਣਦਾ ਤੇ ਮੈਂ ਅਰਦਾਸ ਕਰਦਾ ਕਿ ਰੱਬ ਤੈਨੂੰ ਤਰੱਕੀ ਬਖਸ਼ੇ। ਪਰ ਉਹ ਦੁਨੀਆਂ ਦੇ ਵਿੱਚ ਤੁਹਾਡੀ ਕੀਤੀ ਰਹਿੰਦੇ ਨੇ, ਤੁਹਾਡੇ ਪੁਰਾਣ ਤੁਹਾਡੇ ਛਾਪਰ ਔਰ ਪਬਲਿਕ ਦੀ ਪ੍ਰਾਪਰਟੀ ਬੋਲਦੀ ਆ। ਵਾਅਦਾ ਕਰਦਾ ਕਿ ਚੰਦਨ ਮੰਨ ਕੇ ਚੰਗਾ 5 ਸਾਲ ਚਾਹੀਦਾ, ਹਰ ਘਰ ਦੇ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ।
ਸਿੰਘ ਜੀ, ਜੇ ਕਿਸਾਨਾਂ ਦੀ ਗੱਲ ਕਰ ਲਈਏ ਤੇ 5 ਸਾਲ ਦਾ ਰਾਜ ਯਾਦ ਕਰੋ ਜਿਹੜੀਆਂ ਤੁਸੀਂ ਪੁੱਤਾਂ ਵਾਂਗੂ ਫਸਲਾਂ ਪਾ ਕੇ ਤੇ ਮੰਡੀਆਂ ਚ ਲੈ ਕੇ ਜਾਂਦੇ ਸੀ ਤੇ 24 ਘੰਟਿਆਂ ਦੇ ਅੰਦਰ ਤੁਹਾਨੂੰ ਪੇਮੈਂਟ ਹੁੰਦੀ ਸੀ। 2-3 ਦਿਨ ਕਿਲੇ ਦੇ ਸੀ ਮਾਲਕ, ਉਹ ਵੀ ਬੈਂਕਾਂ ਦੇ ਵਿੱਚ ਪਲੱਜ ਗਏ। ਚਿੰਤਾ ਨਾ ਕਰੋ, ਤਗੜੇ ਹੋ ਕੇ ਵੱਡਾ ਪਾਓ, ਤੁਹਾਡੇ ਕਰਜ਼ੇ ਵੀ ਮਾਫ਼ ਹੋਣੇ ਆ। 5 ਵਰਸ ਪਾਰਟੀ ਵੱਲੋਂ ਚੋਣ ਮੈਦੀ ਦਸਤਰ ਵਿੱਚ ਜੋ ਸਭ ਤੋਂ ਵਧੀਆ ਗੱਲ ਲੱਗਦੀ ਹੈ ਕਿ ਸਾਡੀਆਂ ਧੀਆਂ ਬੱਚੀਆਂ ਜਿਹਨਾਂ ਦੀ ਨਰਸਰੀ ਤੋਂ ਲੈ ਕੇ ਮੁੱਢਲੀ ਸਿੱਖਿਆ ਤੋਂ, ਚਾਹੇ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੀਆਂ ਹੋਣ, PhD ਤੱਕ ਦੀ ਪੜ੍ਹਾਈ ਮੁਫ਼ਤ ਕਰਦੀ ਹੈ। ਇਸ ਕਰਕੇ ਸਮਾਂ ਜ਼ਿਆਦਾ ਨਹੀਂ ਲੈਣਾ, ਫਿਰ ਕਿਸੇ ਸਟੇਜ ਤੇ ਗੱਲ ਕਰਾਂਗੇ। 4 ਤਰੀਕ ਨੂੰ ਤੁਸੀਂ ਸਾਰੇ ਤਕੜੇ ਹੋ ਕੇ 5 ਵਜੇ ਤੱਕ ਦਾ ਸਮਾਂ ਮੇਰੇ ਲਈ ਕੱਢ ਲਓ। ਬੜੀ ਹਿੰਮਤ ਹੈ ਕੰਮ ਕਰਨ ਦੀ, 5 ਸਾਲ ਜਿੱਦਾਂ ਮਰਜ਼ੀ ਵਾਈ ਲਿਓ, ਅਸੀਂ ਕਾਲੇ ਸ਼ੀਸ਼ੇ ਦੀ ਗੱਡੀ ਚ ਬਹਿ ਕੇ ਜਿੱਦਾਂ ਗੁਰਬਚਨ ਸਿੰਘ ਬੱਬੇ ਵਾਲੀ ਪੈਂਦਾ ਤੇ ਆਪਣਾ ਨਾਮ ਮੁੰਡਾ ਬਿਠਾਇਆ ਹੁੰਦਾ। ਆਪਾਂ ਜੇ ਦੇਵੋ ਵੀ ਸੀ ਅਸਦੀ ਮਹਾਜਨ ਜੀ ਮੁਨਸੀ ਬਾਕੌਂਸਲ BJP ਦੇ, ਜੋ ਦੇਸ਼ ਪੰਜਾਲੀ ਦੀ ਚੇਅਰਮੈਨ ਮਾਰਕੀਟ ਕਮੇਟੀ ਤਾਦਰ ਬਾਹਰ ਖੜੀ ਤੇ ਕਿੱਧਰ ਉਹਦੀ ਗੱਡੀ ਚ ਬਹਿ ਕੇ ਦੇਖਿਆ। ਮੈਂ ਵਾਅਦਾ ਕਰਦਾ ਕਿ ਗੱਡੀ ਮੋਟਰਸਾਈਕਲ ਸਕੂਟਰ ਬੜੀ ਦੂਰ ਦੀ ਗੱਲ ਹੈ, ਜਿੱਥੇ ਤੁਹਾਨੂੰ ਕੰਮ ਪਏ ਸਾਈਕਲ ਲੈ ਕੇ ਆ ਜੋ, ਤੁਹਾਡੇ ਸਾਈਕਲ ਦੇ ਪਿੱਛੇ ਜਾ ਕੇ ਚੱਲ ਜਾਣਾ, ਕਿਉਂਕਿ ਅਸੀਂ ਪਿਆਰ ਦੀ ਰਾਜਨੀਤੀ ਕਰਨੀ ਹੈ, ਪਿਆਰ ਬਤਾਉਣਾ। ਅਸੀਂ ਪਹਿਲਾਂ ਵੀ ਵਰਕਰੀ ਕੀਤੀ ਹੈ, ਅੱਜ ਵੀ ਵਰਕਰ ਤੇ ਬਾਅਦ ਵਿੱਚ ਵੀ ਵਰਕਰ ਬਣ ਕੇ ਤੁਹਾਡੇ ਕੋਲ ਵਰਕਰੀ ਕਰਾਵਾਂਗਾ। 117 ਕਿਲੇ ਪੰਜਾਬ ਦੇ ਵਿੱਚ ਬੈਠੇ ਨੇ ਹਰੀਸ਼ ਚੌਧਰੀ ਜੀ, ਮੈਂ ਵਾਅਦਾ ਕਰਦਾ ਇਹਨਾਂ ਦੇ ਸਾਹਮਣੇ 117 ਹਲਕਿਆਂ ਦੇ ਵਿੱਚੋਂ ਗੁਰਦਾਸਪੁਰ ਤੋਂ ਇਹੋ ਜਿਹੀ ਮਿਸਾਲ ਪੈਦਾ ਕਰ ਦਾਂਗਾ ਕਿ ਆਉਣ ਵਾਲੇ 5 ਸਾਲ ਬਾਅਦ ਮੈਂ ਇਹ ਵੀ ਦੱਸਾਂਗਾ ਕਿ ਮੈਂ ਕਿਹਦਾ ਪੋਤਰਾ ਤੇ ਕਿਹਦਾ ਮੁੰਡਾ। ਮੇਰੇ ਕੰਮ ਬੋਲਣਗੇ ਕੰਮ, ਔਰ ਜਿੰਨੇ ਮੇਰੇ ਬਜ਼ੁਰਗ ਮੇਰੀਆਂ ਬਤਾਂਗਾ, ਔਰ ਮੇਰੇ ਭਰਾ ਬੱਚੇ ਨੇ ਇੰਨੀ ਹਿੰਮਤ ਰੱਖਦਾ ਮੈਂ ਕਿ ਆਉਣ ਵਾਲੇ 5 ਸਾਲ ਬਾਅਦ ਹਰ ਮੂੰਹ ਦੇ ਵਿੱਚੋਂ ਇਹ ਲਫ਼ਜ਼ ਕਢਾ ਲਿਆਂਗਾ ਕਿ ਅਸੀਂ ਆਪਣੇ ਪੁੱਤ ਨੂੰ ਤੇ ਆਪਣੇ ਮੁੰਡੇ ਨੂੰ ਵੋਟਾਂ ਪਾਉਂਗੇ। ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਕੋਈ ਵੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਕੋਈ ਹੋਵੇ, ਬੰਬੇ ਤੋਂ ਲਿਆ ਲਿਆ ਕੇ ਦਿੱਲੀ ਦੇ ਸੁੱਟਣ ਗਏ, ਤੁਹਾਡੇ ਨਾਲ ਪਿਆਰ ਇਹੋ ਜਿਹਾ ਪਾਲਣ ਹੈ ਕਿ ਸੀਟ ਨਹੀਂ ਮੁੜ ਕੇ ਨਿਕਲਦੀ। ਇਮਾਨਦਾਰੀ ਦੇ ਨਾਲ ਅਸੀਂ ਸਾਰਿਆਂ ਨੇ ਸੇਵਾ ਕਰਨੀ ਹੈ ਹਲਕੇ ਦੀ। ਮੇਰਾ ਉਹ ਪੰਚਾਂ ਗੁਰਬਚਨ ਸਿੰਘ ਬੱਬੇ ਵਾਲੀ ਨੂੰ ਜੇ ਤਜਰਬਾ ਲਿਖਣਾ ਤੇ ਗੁਰਦਾਸਪੁਰ ਦੇ ਵਿੱਚ ਕਿਤੇ ਟਾਈਮ ਰੱਖ ਲੈ, ਸਾਰਾ ਗੁਰਦਾਸਪੁਰ ਅੰਦਰ ਬੁਲਾ ਲੈ ਤੇ 2 ਕੁਰਸੀਆਂ ਲਾ ਲੈ
ਮੈਂ ਤੇਰੇ ਹਰ ਸਵਾਲ ਜਵਾਬ ਕਰਨ ਲਈ ਤਿਆਰ ਹੈ। ਸੰਗਤ ਫੈਸਲਾ ਕਰਦੇ ਕੀ ਦਾ ਤਜਰਬਾ ਹੈ। 2007 ਦੇ ਵਿੱਚ ਜਦੋਂ ਮੋਟੇਹਾਰੀ ਨੂੰ ਟਿਕਟ ਮਿਲੀ ਪਹਿਲੀ ਵਾਰ ਤੇ ਸਾਡੇ ਘਰ ਆਇਆ ਤੇ ਕਹਿਣ ਲੱਗਾ, ਬਾਰਾਂ ਸਾਲ 18 ਸਾਲ ਮੈਂ ਕਮੇਟੀ ਦਾ ਚੇਅਰਮੈਨ ਰਿਹਾ ਔਰ 18 ਸਾਲ ਹੋਰ ਮੈਂ ਕਾਂਗਰਸ ਪਾਰਟੀ ਦੀ ਸੇਵਾ ਕਰਨਾ ਤੇ ਬੜਾ ਵੱਡਾ ਸਮੁੰਦਰ ਹੈ, ਇੱਥੋਂ ਟਿਕਟ ਨਹੀਂ ਮਿਲਦੀ, ਤੁਸੀਂ ਕੀ ਲੱਭਦੇ? ਤੇ ਜਿਹੜਾ ਇਸ ਪਾਰਟੀ ਨੂੰ ਟਿਕਟ ਲੈ ਜੇ ਮੈਂ ਸਮਝਾਂਗਾ ਵੀ ਉਹ ਨੇਤਾ ਹੈ। ਪੁੱਛੋ ਉਹਨੂੰ ਫੋਨ ਲਾ ਕੇ, 12 ਸਾਲ ਦੇ ਇੱਕ ਬੰਦੇ ਆ ਗਏ, 35 ਸਾਲ ਦਾ ਮੁੰਡਾ ਟਿਕਟ ਲੈ ਗਿਆ, ਨੇਤਾ ਮੰਨ ਲਿਆ ਹੁਣ ਤੈਨੂੰ। ਅਸੀਂ ਨੇਤਾ ਨਹੀਂ ਹੈਗੇ, ਵਰਕਰ ਆ ਤੇ ਵਰਕਰ ਕਰਕੇ ਟਿਕਟ ਲਿਆਉਂਦੀ ਹੈ। ਤੂੰ ਨੇਤਾ ਸੀ, ਤੈਨੂੰ ਤਾਂ ਨਹੀਂ ਮਿਲੀ। ਇਮਾਨਦਾਰੀ ਦੇ ਨਾਲ ਅਸੀਂ ਗੁਰਦਾਸਪੁਰ ਦੀ ਤਰੱਕੀ ਦੀ ਗੱਲ ਕਰਨੀ ਹੈ, ਇਹੋ ਜਿਹਾ ਮਾਹੌਲ ਗੁਰਦਾਸਪੁਰ ਦੇ ਵਿੱਚ ਪੈਦਾ ਕਰ ਦਿਆਂਗੇ ਜਿਹਦੀ ਮਿਸਾਲ ਪੂਰੇ 117 ਹਲਕਿਆਂ ਦੇ ਵਿੱਚ ਦਿੱਤੀ ਜਾਊਗੀ। ਤੁਹਾਨੂੰ ਮਾਣ ਹੋਏਗਾ ਆਪਣੇ ਨੁਮਾਇੰਦੇ ਦੇ ਪਗੜੇ ਹੋ ਕੇ ਅਸੀਂ ਸਾਰੇ ਹਮਲਾ ਮਾਰੀਏ, ਕਿਉਂਕਿ ਪੰਜਾਬ ਨੂੰ ਮੁੱਖ ਮੰਤਰੀ ਦੀ ਲੋੜ ਨਹੀਂ, ਇੱਕ ਚੰਗੇ ਐਡਮਿਨਿਸਟ੍ਰੇਟਰ ਦੀ ਲੋੜ ਹੈ। ਔਰ ਉਹ ਕੈਪਟਨ ਅਮਰਿੰਦਰ ਸਿੰਘ ਹੈ, ਕਿਸੇ ਕੋਲ ਲੁਕਿਆ ਨਹੀਂ। 5-7 ਦੱਸਦੇ ਨੇ ਇੱਕ ਬਟਨ ਦੇ ਪੱਤੇ ਵਾਲੀ ਬੜੇ ਧੱਕੇ ਮਾਰਦਾ। ਔਰ ਮੈਨੂੰ ਹੁਣੇ ਵੀ ਦੱਸਿਆ ਕਿਸੇ ਨੇ ਕਿ ਮੈਨੂੰ ਫੋਨ ਕੀਤਾ ਕਿ ਬੰਦੇ ਬਣ ਜਾਓ, ਜਿਹਨੂੰ ਧੱਕਾ ਵੱਜਦਾ ਯਾਦ ਕਰ ਲਿਆ ਮੈਨੂੰ, ਇਲੈਕਸ਼ਨ ਦਾ ਬਾਅਦ ਚਲਾ ਲਵਾਂਗਾ। ਕਿਉਂਕਿ ਧੱਕਿਆਂ ਦੇ ਨਾਲ ਰਾਜਨੀਤੀ ਨਹੀਂ ਚੱਲੇਗੀ। ਹੁਣ ਇਮਾਨਦਾਰੀ ਦੇ ਨਾਲ ਵੋਟਾਂ ਮੰਗ, ਜੇ 10 ਸਾਲ ਤੂੰ ਮਿਹਨਤ ਕੀਤੀ ਹੈ ਤੇ ਕਿਉਂ ਹੱਥ ਬੁਲਾਉਂਦਾ, ਕਿਉਂ ਧੱਕੇ ਮਾਰਦਾ? ਹੁਣ ਤੇਰਾ ਧੱਕਾ ਨਹੀਂ ਚੱਲਣਾ। ਇਸ ਕਰਕੇ ਇਮਾਨਦਾਰੀ ਨਾਲ ਇਲੈਕਸ਼ਨ ਲੜ, ਜੇ ਧੱਕਿਆਂ ਵਾਲਾ ਕੰਮ ਤੇ ਬੰਨ ਤੇ ਫਿਰ ਵਰਕਰਾਂ ਵੱਲ ਨਾਲ ਤੇਰੇ ਸਾਹਮਣੇ ਖੜਾ ਹੈ। ਆ ਜਾ ਜਿੱਥੇ ਮਰਜ਼ੀ, ਮੈਂ ਵਰਕਰਾਂ ਦੇ ਉੱਤੇ ਆਂਚ ਨਹੀਂ ਆਉਣ ਦੇਣੀ। ਮੈਂ ਅਖੀਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਸਮਾਂ ਬਾਰ ਬਾਰ ਨਹੀਂ ਆਉਂਦਾ। ਇਹ ਗੁਰੂ ਮਹਾਰਾਜ ਨੇ ਸਮਾਂ ਦਿੱਤਾ, ਤਗੜੇ ਹੋ ਕੇ ਅੱਜ ਛੋਟੇ ਜਿਹੇ ਸੁਨੇਹਾ ਦੇ ਉੱਤੇ ਤੁਸੀਂ ਏਡਾ ਵੱਡਾ ਇਕੱਠ ਕਰਦਾ ਤੇ ਜਿੱਦਣ ਰੈਲੀ ਕਰਾਂਗੇ ਉਹਨੂੰ ਕੀ ਕਰਵਾਇਆ ਤੇ ਮੀਟਿੰਗ ਸੀ, ਕਾਗਜ਼ ਦਾਖਲ ਕਰਨੇ ਸੀ। ਉਧਰ ਪਤਾ ਲੱਗ ਜੂ, ਨੀਂਦ ਤੈਨੂੰ ਅੱਜ ਵੀ ਨਹੀਂ ਆਉਣੀ। ਪਰਸੋਂ ਨੇ ਕੀਤਾ ਆਪਣੇ ਪਿੰਡ ਇਕੱਠ, 400 ਬੰਦਾ ਆਇਆ, 400 ਨੀਂਦ ਨਹੀਂ ਆਉਂਦੀ। ਪਗੜੇ ਵਾਲੇ ਸਾਰੇ ਹਿੰਮਤ ਮਾਰ ਕੇ ਵਾਹਿਗੁਰੂ ਨੇ ਸਮਾਂ ਦਿੱਤਾ, ਚੰਗੇ ਕੰਮ ਬੰਨੇ ਚਲੀਏ। ਔਰ ਇੱਕ ਅਖੀਰ ਦੇ ਵਿੱਚ ਗੱਲ ਕਹਿੰਦਾ, ਕਸਮ ਖਾਓ ਕਿ ਸਾਰੇ ਤੁਸੀਂ ਇੰਨੀ ਹਿੰਮਤ ਰੱਖਿਆ ਕਰੋ ਕਿ ਜਿਹੜਾ ਮਾੜਾ ਲੀਡਰ ਹੋਵੇ ਉਹਨੂੰ ਬਾਹਰ ਤੋਂ ਫੜ ਕੇ ਥੱਲੇ ਲਾ ਦਿਆ ਕਰੋ ਸਟੇਜ ਤੋਂ, ਫਿਰ ਤੁਹਾਡਾ ਪੰਜਾਬ ਤਰੱਕੀ ਕਰੂਗਾ। ਇੰਨੀ ਹਿੰਮਤ ਤੁਹਾਡੇ ਅੰਦਰ ਆਉਣੀ ਚਾਹੀਦੀ ਹੈ। ਇਹ 10 ਸਾਲ ਰਾਜ ਕਰ ਗਿਆ ਕਿਉਂਕਿ ਅਸੀਂ ਹਿੰਮਤ ਨਹੀਂ ਵਿਖਾਈ। ਮੈਂ ਤੁਹਾਡੇ ਅੰਦਰ ਹਿੰਮਤ ਪੈਦਾ ਕਰਾਵਾਂਗਾ।